ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ ਗੱਲ ਕਰਨ ਜਾ ਰਹੇ ਹਾਂ ਤੁਹਾਡੇ DMC ਦੀ ਤੁਸੀਂ ਆਪਣਾ ਸਰਟੀਫਿਕੇਟ ਕਿਸ ਤਰੀਕੇ ਨਾਲ ਜਿਹੜਾ ਡਾਊਨਲੋਡ ਕਰ ਸਕਦੇ ਆ ਕਾਫੀ ਟਾਈਮ ਤੋਂ ਬਹੁਤ ਸਾਰੇ ਬੱਚਿਆਂ ਦਾ ਸੇਮ ਕੁਐਸਚਨ ਸੀ ਕਿ ਸਾਡਾ 12ਵਾਂ ਦਾ DMC ਕਿੱਦਾਂ ਤੇ ਕਦੋਂ ਆਏਗਾ ਸੋ ਇਸ ਵੀਡੀਓ ਦੇ ਅੰਦਰ ਬੱਚੇ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਤੁਸੀਂ ਆਪਣਾ ਜਿਹੜਾ DMC ਆਪਣਾ ਸਰਟੀਫਿਕੇਟ ਆ ਉਹ ਕਿਸ ਤਰੀਕੇ ਨਾਲ ਖੁਦ ਡਾਊਨਲੋਡ ਕਰ ਸਕਦੇ ਆ ਸੋ ਬੱਚੇ ਸਾਰਿਆਂ ਨੂੰ ਪਤਾ ਹੋਏਗਾ ਡਿਗੀ ਲੋਕਰ ਨਾਮ ਦੀ ਇੱਕ ਐਪ ਆ ਸੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆਪਣੇ ਮੋਬਾਈਲ ਦੇ ਅੰਦਰ ਡਿਗੀ ਲੋਕਰ ਨਾਮ ਦੀ ਐਪ ਨੂੰ ਡਾਊਨਲੋਡ ਕਰਨਾ ਹੈ ਬੱਚੇ ਇਸ ਤਰ੍ਹਾਂ ਦੀ ਐਪ ਆ ਤੁਹਾਡੀ ਡਿਗੀ ਲੋਕਰ ਠੀਕ ਹੈ ਕਿਉਂਕਿ ਮੈਂ ਆਲਰੇਡੀ ਫੋਨ ਦੇ ਵਿੱਚ ਡਾਊਨਲੋਡ ਕਰ ਚੁੱਕੀ ਆ ਅਗਰ ਤੁਸੀਂ ਡਾਊਨਲੋਡ ਨਹੀਂ ਕੀਤੀ ਤੇ ਇੱਥੇ ਡਾਊਨਲੋਡ ਦੀ ਤੁਹਾਨੂੰ ਆਪਸ਼ਨ ਆ ਰਹੀ ਹੋਏਗੀ ਜਿੱਦਾਂ ਹੀ ਇਹ ਇੰਸਟਾਲ ਹੋ ਜਾਏਗੀ ਤਾਂ ਓਪਨ ਕਰਨਾ ਆਪਣਾ ਡਿਗੀ ਲੋਕਰ बच्चे कुछ इस तरह दी ਤੁਹਾਡੀ ਐਪ ਓਪਨ ਹੋ ਜੇਗੀ ਬਿਲਕੁਲ نیچے ਦੇਖੋ ਤੁਹਾਨੂੰ ਬ੍ਰਾਊਜ਼ਰ ਦੀ ਆਪਸ਼ਨ ਦਿਖ ਰਹੀ ਹੈ ਲਾਸਟ ਦੇ ਅੰਦਰ ਠੀਕ ਹੈ ਜਿੱਦਾਂ ਹੀ ਬ੍ਰਾਊਜ਼ ਕਰੋਗੇ ਇੱਥੇ ਬੱਚੇ ਤੁਸੀਂ ਲਿਖੋ ਪੀ ਐਸ ਈ ਬੀ ਠੀਕ ਹੈ ਉੱਪਰ ਸਰਚ ਦੀ ਆਪਸ਼ਨ ਆ ਗਈ ਬਿਲਕੁਲ ਉੱਪਰ ਦੇਖੋ ਸਰਚ ਦੀ ਆਪਸ਼ਨ ਆ ਗਈ ਜਿੱਦਾਂ ਹੀ ਤੁਸੀਂ ਸਰਚ ਦੇ ਅੰਦਰ ਪੀ ਐਸ ਈ ਬੀ ਲਿਖੋਗੇ ਨਾਲ ਲੱਗਦਾ ਬੱਚੇ ਇਸ ਤਰ੍ਹਾਂ ਦਾ ਇੱਕ ਆਈਕਨ ਸ਼ੋ ਹੋ ਜਾਏਗਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਿੱਦਾਂ ਹੀ ਤੁਸੀਂ ਓਪਨ ਕਰੋਗੇ ਇੱਥੇ ਸਾਰੇ ਦੇ ਸਾਰੇ ਜਿੰਨੇ ਵੀ ਤੁਹਾਡੇ ਸਰਟੀਫਿਕੇਟ ਆ ਬੱਚਿਓ ਸਾਰੇ ਇੱਥੇ ਸ਼ੋ ਹੋਣੇ ਸਟਾਰਟ ਹੋ ਜਾਣਗੇ ਕਲਾਸ 10th ਦਾ ਕਲਾਸ 12th ਦਾ ਕਲਾਸ 5th ਦਾ 8th ਦਾ ਔਰ ਮਾਈਗ੍ਰੇਸ਼ਨ ਸਰਟੀਫਿਕੇਟ ਸੋ ਜਿੱਦਾਂ ਹੀ ਤੁਸੀਂ ਕਲਾਸ 12th ਮਾਰਕਸ਼ੀਟ ਤੇ ਕਲਿੱਕ ਕਰੋਗੇ ਤੁਹਾਡਾ ਜਿਹੜਾ ਆ ਪਲੱਸ 2 ਦਾ ਮਾਰਕਸ਼ੀਟ ਆ ਜਿਹੜੀ ਡਾਊਨਲੋਡ ਹੋ ਜੇਗੀ ਠੀਕ ਹੈ ਅਗਰ ਤੁਸੀਂ ਮਾਈਗ੍ਰੇਸ਼ਨ ਸਰਟੀਫਿਕੇਟ ਲੈਣਾ ਚਾਹੁੰਦੇ ਹੋ ਤਾਂ ਤੁਹਾਡਾ ਮਾਈਗ੍ਰੇਸ਼ਨ ਸਰਟੀਫਿਕੇਟ ਵੀ ਇੱਥੋਂ ਹੀ ਡਾਊਨਲੋਡ ਹੋ ਜਾਏਗਾ ਸੋ ਇਸ ਤਰੀਕੇ ਨਾਲ ਬੱਚੇ ਤੁਸੀਂ ਆਪਣਾ ਪਲੱਸ 2 ਦਾ ਜਿਹੜਾ ਆ ਡੀ ਐਮ ਸੀ ਆ ਸਰਟੀਫਿਕੇਟ ਆਊ ਡਾਊਨਲੋਡ ਕਰ ਸਕਦੇ ਆ ਸਿਮਿਲਰਲੀ ਮਾਈਗ੍ਰੇਸ਼ਨ ਸਰਟੀਫਿਕੇਟ ਵੀ ਤੁਸੀਂ ਡਾਊਨਲੋਡ ਕਰ ਸਕਦੇ ਆ ਸੋ ਬੱਚੇ ਪ੍ਰੂਫ ਦੀ ਤੌਰ ਤੇ ਤੁਹਾਨੂੰ ਡੀ ਐਮ ਸੀ ਇੱਕ ਡਾਊਨਲੋਡ ਕਰਕੇ ਦਿਖਾ ਦਿੱਤਾ ਜਾ ਰਿਹਾ ਹੈ ਕਿੱਕ ਬੱਚਿਆਂ ਨੇ ਹੁਣੇ ਰੀਸੈਂਟਲੀ ਜਿਹੜਾ ਹੈ ਆਪਣਾ ਡੀਐਮਸੀ ਡਾਊਨਲੋਡ ਕੀਤਾ ਆ ਜੋ ਇਸ ਸਾਲ ਦਾ ਹੀ ਆ ਤੁਸੀਂ ਸੈਕਸ਼ਨ ਦੇਖ ਸਕਦੇ ਆ ਮਾਰਚ 2021 ਮਤਲਬ ਇਸੇ ਸੈਸ਼ਨ ਦਾ ਬੱਚਾ ਆ ਇਸ ਸਾਲ ਹੀ ਪਾਸ ਆਊਟ ਹੋਈ ਆ ਸੋ ਤੁਸੀਂ ਵੀ ਆਪਣਾ ਜਿਹੜਾ ਡੀਐਮਸੀ ਆ ਕਰੈਕਟ ਡੀਐਮਸੀ ਆ ਔਰ ਮਾਈਗ੍ਰੇਸ਼ਨ ਸਰਟੀਫਿਕੇਟ ਜਿਹੜਾ ਆ ਡਾਊਨਲੋਡ ਕਰ ਸਕਦੇ ਆ ਸੋ ਬੱਚੇ ਮੈਂ ਫੋਟੋ ਔਰ ਨੇਮ ਐਕਸਟਰਾ ਜਿਹੜਾ ਹਾਈਡ ਕੀਤਾ ਤਾਂਕਿ ਬੱਚੇ ਦੀ ਆਇਡੈਂਟੀਟੀ ਸ਼ੋ ਨਾ ਹੋਵੇ ਸੋ ਤੁਸੀਂ ਆਪਣੇ ਮਾਰਕਸ ਇਕਸਟਰਾ ਸਾਰਾ ਕੁਝ ਚੈੱਕ ਕਰ ਸਕਦੇ ਆ ਸੋ ਇਹੀ ਅੱਗੇ ਫਰਦਰ ਤੁਸੀਂ ਕਿਤੇ ਵੀ ਐਡਮਿਸ਼ਨ ਲੈਣੀ ਹੋਵੇ ਤਾਂ ਉੱਥੇ ਤੁਹਾਡਾ ਜਿਹੜਾ ਇਹ ਵਾਲਾ ਸਰਟੀਫਿਕੇਟ ਆ ਉਹ ਚੱਲ ਜਾਏਗਾ ਠੀਕ ਹੈ ਬੱਚੇ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਕਰ ਦੇਣਾ ਔਰ ਆਪਣੇ ਸਾਰੇ ਪਲੱਸ 2 ਪਾਸ ਆਊਟ ਸਟੂਡੈਂਟਸ ਤੱਕ ਇਹ ਵੀਡੀਓ ਸ਼ੇਅਰ ਕਰ ਦੇਣਾ ਤਾਂ ਕਿ ਸਾਰੇ ਸਟੂਡੈਂਟਸ ਆਪਣਾ ਜਿਹੜਾ ਡੀ ਐਮ ਸੀ ਆ ਉਹ ਡਾਊਨਲੋਡ ਕਰ ਸਕਦੇ ਹੁਣ ਠੀਕ ਹੈ ਸੋ ਜਿਨ੍ਹਾਂ ਨੂੰ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਜ਼ਰੂਰਤ ਆ ਉਹ ਡਿਗੀ ਲੋਕਰ ਦੀ ਹੈਲਪ ਦੇ ਨਾਲ ਆਪਣਾ ਮਾਈਗ੍ਰੇਸ਼ਨ ਵੀ ਡਾਊਨਲੋਡ ਕਰ ਸਕਦੇ ਆ ਥੈਂਕ ਯੂ ਸੋ ਮਚ